ਸਾਡਾ ਘਰ ਬਚਣਾ ਚਾਹੀਦਾ ਵੀ ਸਾਡੇ ਕੋਲ ਇੱਕ ਹੀ ਛੱਤੇ ਤੋਂ ਇਲਾਵਾ ਸਾਡੇ ਕੋਲ ਕੋਈ ਘਰ ਨਹੀਂ ਹੈਗਾ ਅਜੇ ਵੀ ਚਲੇ ਗਏ ਤਾਂ ਅਸੀਂ ਕਿੱਥੇ ਜਾਵਾਂਗੇ ਕਿਉਂਕਿ ਸਾਡਾ ਕੋਈ ਹੈ ਨਿਕਲਣ ਵਾਲਾ ਨਾ ਸਾਡਾ ਕੋਈ ਰਿਸ਼ਤੇਦਾਰ ਹੈਗਾ ਜਿਹੜਾ ਸਾਡੀ ਮਦਦ ਕਰ ਸਕੇ ਇੰਨਾ ਲੋਨ ਨਹੀਂ ਕੋਈ ਨਹੀਂ ਪਰ ਅੱਜ ਦੇ ਟਾਈਮ 'ਚ ਕੋਣ ਕਿਸੇ ਨੂੰ ਪੁੱਛਦਾ ਇਹਨਾਂ ਬਚਾਰਾ ਨੂੰ ਕੋਈ ਰੋਟੀ ਦੇ ਜਾਂਦਾ ਕੋਈ ਦੇਖ ਕੇ ਨਹੀਂ ਜਾਂਦਾ ਕਈ ਵਾਰੀ ਕਈ ਵਾਰੀ ਬੱਚੇ ਵਿਚਾਰੇ ਭੁੱਖੇ ਸੋ ਜਾਂਦੇ ਨੇ ਬਸ ਮੇਰਾ ਪਾਈ ਇੱਕ ਦੋ ਕਿਵੇਂ ਕਈ ਵਾਰੀ ਨਾ ਦਿਹਾੜੀ ਲਾ ਲੈਂਦਾ ਸੋ ਘਰ ਚੱਲਦਾ ਵਾ ਬੜਾ ਬੜਾ ਔਖਾ ਚੱਲਦਾ ਸਾਡਾ ਘਰ ਹਰ ਇੱਕ ਮਾਪਿਓ ਦੀ ਆਸ ਹੁੰਦੀ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਇੱਕ ਵੱਡਾ ਜਿਹੜਾ ਅਫਸਰ ਬਣ ਜਾਵੇ ਤੇ ਆਪਣ ਜਿਹੜਾ ਕੰਮਕਾਰ ਦੇ ਲਾਇਕ ਬਣ ਜਾਵੇ ਪਰ ਜਦੋਂ ਮਾਪਿਆਂ ਦਾ ਸਹਾਰਾ ਸਿਰ ਤੇ ਨਹੀਂ ਰਹਿੰਦਾ ਤਾਂ ਬੱਚਿਆਂ ਦਾ ਜਿਹੜਾ ਭਵਿੱਖਾ ਉਹ ਉਫਜਲ ਨਹੀਂ ਹੋ ਸਕਦਾ ਜਾਨਕੀ ਸੁਧਰ ਨਹੀਂ ਸਕਦਾ ਤੇ ਬੱਚੇ ਜਿਹੜੇ ਨੇ ਉਹ ਡਾਵਾ ਡੋਹਲ ਹੋ ਜਾਂਦੇ ਨੇ ਸੁਤੰਤ ਟ ਤਸਵੀਰ ਅਸੀਂ ਦਿਖਾ ਰਹੇ ਹਾਂ ਪਟਿਆਲਾ ਦੀ ਸਭ ਤੋਂ ਪਹਿਲਾਂ ਤਸਵੀਰ ਦੇਖੋ ਤੁਸੀਂ ਵੀ ਜਿਹੜੇ ਆਹ ਦੋ ਭੈਣ ਭਰਾ ਨੇ ਆਪਣੇ ਮਾਤਾ ਪਿਤਾ ਦੀਆਂ ਤਸਵੀਰਾਂ ਲੈ ਕੇ ਸਰਕਾਰ ਤੋਂ ਪਬਲਿਕ ਤੋਂ ਮੰਗ ਕਰ ਰਹੇ ਨੇ ਕਿ ਸਾਡਾ ਜਿਹੜਾ ਮਕਾਨ ਆ ਉਹ ਬਚਾਇਆ ਜਾਵੇ ਕਹਾਣੀ ਕੀ ਹੈ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਲੰਬਾ ਸਮਾਂ ਪਹਿਲਾਂ ਇਹਨਾਂ ਦੇ ਮਾਤਾ ਪਿਤਾ ਕੁਝ ਲੰਬੀ ਬਿਮਾਰੀ ਦੇ ਕਾਰਨ ਜਿਹੜੀ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਕੋਈ ਵੀ ਜਿਹੜਾ ਸਹਾਰਾ ਨਹੀਂ ਰਿਹਾ ਤਾ ਆਖਰ ਦੋਨੇ ਜਿਹੜੇ ਬੱਚੇ ਨੇ ਜਾਨਕੀ ਪੈਣਪਰਾ ਨੇ ਉਹ ਕੱਲੇ ਰਹਿ ਗਏ ਘਰ ਦੇ ਵਿੱਚ ਜਿਸ ਤੋਂ ਬਾਅਦ ਘਰ ਦੇ ਵਿੱਚ ਬਿਮਾਰੀ ਆਈ ਬਿਮਾਰੀ ਦੇ ਨਾਲ ਨਾਲ ਬੈਂਕ ਦੇ ਵਿੱਚੋਂ ਲੋਨ ਲਿਆ ਗਿਆ ਲੋਨ ਦੇ ਰਾਹੀਂ ਜਿਹੜਾ ਕੋਸ਼ਿਸ਼ ਕੀਤੀ ਗਈ ਸ਼ਾਇਦ ਮੇਰੇ ਪਰਿਵਾਰ ਦੇ ਜਿਹੜੇ ਜੀ ਨੇ ਉਹ ਠੀਕ ਹੋ ਜਾਣਗੇ ਪਰ ਪਰਮਾਥਮਾ ਵੱਲੋਂ ਇਹ ਪਾਣਾ ਵਾਪਰਿਆ ਕਿ ਦੋਨੇ ਹੀ ਪਰਿਵਾਰ ਦੇ ਜੀ ਜਿਹੜੇ ਨੇ ਉਹ ਚਲੇ ਗਏ ਪਰ ਜਿਹੜੇ ਬੱਚੇ ਦੋਨੇ ਨੇ ਉਹ ਇਸ ਜਗ੍ਹਾ ਤੇ ਰਹਿ ਰਹੇ ਨੇ ਬੈਂਕ ਵੱਲੋਂ ਨੋਟਿਸ ਆ ਗਿਆ ਕਿ ਬੈਂਕ ਦਾ ਜਿਹੜਾ ਕੁਝ ਬੈਲੈਂਸ ਪਿਆ ਜਾਨਕੀ ਬਕਾਇਆ ਪਿਆ ਰਕਮ ਪਈਆ ਉਹ ਜਮਾ ਕਰਵਾਈ ਜਾਵੇ ਨਹੀਂ ਤਾਂ ਤੁਹਾਡੀ ਜਿਹੜੀ ਛੱਤ ਹੈ ਉਹ ਵੀ ਅਸੀਂ ਬੈਂਕ ਦੇ ਹਵਾਲੇ ਕਰ ਦਵਾਂਗੇ ਜਾਨਕੀ ਛੱਤ ਵੀ ਉਹਨਾਂ ਦੇ ਸਿਰ ਤੇ ਨਹੀਂ ਰਹੇਗੀ ਸੋ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਇਹ ਭਾਵਕ ਤਸਵੀਰਾਂ ਨੇ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਇਹ ਸਟੋਰੀ ਸਮਝਣ ਤੋਂ ਬਾਅਦ ਜੇ ਕੋਈ ਹੈਲਪ ਕਰਨਾ ਚਾਹੁੰਦਾ ਤਾਂ ਸਿੱਧਾ ਜਿਹੜਾ ਸੰਪਰਕ ਇਹਨਾਂ ਦੇ ਨਾਲ ਕਰ ਸਕਦਾ ਮਾਤਾ ਜੀ ਨੂੰ ਤਾਂ ਜੀ ਕੀ ਕਹਿੰਦੇ ਆ ਅੱਖਾਂ ਚ ਪੀਲੇ ਹੋ ਗਏ ਸੀ ਤੇ ਉਹਨਾਂ ਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਤੇ ਪਾਪਾ ਦੀ 2021 ਚ ਹੋਈ ਸੀ ਹੁਣ ਉਹਨਾਂ ਨੂੰ ਵੀ ਕੀ ਕਹਿੰਦੇ ਬਵਾਸਿਰ ਸੀਗੀ ਉਹਦੇ ਕਰਾਣੋਂ ਚਲੇ ਗਏ ਮਾਰੀ ਨੂੰ ਠੀਕ ਕਰਨ ਦੇ ਲਈ ਪਾਪਾ ਨੇ ਲੋਨ ਲਿਆ ਸੀ ਵੀ ਸ਼ਾਇਦ ਮੰਮੀ ਦੀ ਬਿਮਾਰੀ ਵੀ ਠੀਕ ਹੋ ਜੂਗੀ ਤੇ ਮੈਂ ਵੀ ਠੀਕ ਹੋ ਜਾਊਂਗਾ ਤੇ ਸਭ ਬੱਚਨ ਜਿਹੜਾ ਪਾਲਣ ਪੋਸ਼ਣ ਸਹੀ ਢੰਗ ਦੇ ਨਾਲ ਹੋ ਜਾਊਗਾ ਫਿਰ ਤੁਹਾਨੂੰ ਲੱਗਿਆ ਨਹੀਂ ਵੀ ਹਾਂ ਬੈਂਕ ਦਾ ਲੋਨ ਜਿਹੜਾ ਹੈ ਨਾ ਪਿਆ ਮੈਂ ਮੋੜਨਾ ਚਾਹੀਦਾ ਤੁਹਾਨੂੰ ਸਰਕਾਰ ਇਸ ਬਾਰੇ ਜਾਣਕਾਰੀ ਹੋਗੀ ਸੀ ਇਹ ਲੋਨ ਅਸੀਂ ਤਾਂ ਲਿੱਤਾ ਨਹੀਂ ਸੀ ਮੇਰੇ ਪਾਪਾ ਨੇ ਲਿੱਤਾ ਸੀ ਸਾਨੂੰ ਕੁਝ ਪਤਾ ਨਹੀਂ ਉਸ ਟਾਈਮ ਤੇ ਅਸੀਂ ਛੋਟੇ ਸੀ ਮੇਰੇ ਪਾਈ ਵੀ ਛੋਟਾ ਸੀ ਮੈਂ ਵੀ ਛੋਟੀ ਸੀਗੀ ਤੇ ਇਸ ਕੀ ਕਹਿੰਦੇ ਹੋ ਦੋਸਤੋ ਬਾਤ ਸਾਨੂੰ ਕੁਝ ਨਹੀਂ ਪਤਾ ਸੀਗਾ ਹੁਣ ਬੈਂਕ ਵਾਲੇ ਪੁੱਛਦੇ ਆ ਵੀ ਲੋਨ ਅਸੀਂ ਪਰ ਸਾਨੂੰ ਕਹਿ ਵੀ ਪਰੋ ਲੋਨ ਵੀ ਅਸੀਂ ਕਿੱਥੋਂ ਪਰੇ ਜੇ ਸਾਡੇ ਸਾਹਮਣੇ ਨਹੀਂ ਲਿੱਤਾ ਸੀਗਾ ਅਸੀਂ ਛੋਟੇ ਸੀ ਉਸ ਟਾਈਮ ਤੇ ਸਾਨੂੰ ਕੁਝ ਪਤਾ ਵੀ ਨਹੀਂ ਸੀਗਾ ਕਰਦੇ ਬਾਅਦ ਨੋਟਿਸ ਲੱਗ ਗਿਆ ਬੈਂਕ ਵਾਲੇ ਕੀ ਕਹਿੰਦੇ ਨੇ ਅਸੀਂ ਤੁਹਾਡੇ ਛੱਤ ਵੀ ਤੁਹਾਡੇ ਤੋਂ ਚਲੀ ਜਾਵੇਗੀ ਕੀ ਮਨ ਦੇ ਵਿੱਚੋਂ ਕੀ ਜਾਂਦਾ ਵੇ ਸਾਡਾ ਘਰ ਬਚਣਾ ਚਾਹੀਦਾ ਵੇ ਸਾਡੇ ਕੋਲ ਇੱਕ ਹੀ ਛੱਤੇ ਤੋਂ ਇਲਾਵਾ ਸਾਡੇ ਕੋਲ ਕੋਈ ਕਰਨ ਨਹੀਂ ਹੈਗਾ ਅਜੇ ਵੀ ਚਲੇ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ ਪੜਾਈ ਦੀ ਗੱਲ ਕੀਤੀ ਆ ਵੇ ਕਿੰਨੇ ਪੜਿਓ ਟੜੀ ਪੜ ਮੈਂ 7ਥ ਕਲਾਸ ਤੋਂ ਛੱਡਿਆ ਸੀਗਾ ਪੇਪਰ ਚੱਲੇ ਸੀ ਉਸ ਟਾਈਮ ਛੱਡਤਾ ਸੀਗਾ ਪੇਪਰਾਂ ਤੋਂ ਪਹਿਲਾਂ ਹੀ ਇਸੇ ਕਰਕੇ ਛੱਡੀ ਸੀ ਵੀ ਜਿਹੜਾ ਮਾਪਿਓ ਜੀ ਦੀ ਬਿਮਾਰੀ ਕਰਕੇ ਮੇਰਾ ਪਾਈ ਵੀ ਗੱਲਾ ਸੀ ਤੇ ਮੈਂ ਵੀ ਗੱਲੀ ਸੀ ਇਸ ਕਰਕੇ ਮੇਰੀ ਪੜ੍ਹਾਈ ਛੁੱਟ ਗਈ ਮੇ ਪਾਈ ਦੀ ਵੀ ਛੁੱਟ ਗਈ ਨਾਲ ਕੀ ਗੱਲ ਕਰੀਓ ਸਰਕਾਰਾਂ ਨੂੰ ਸੰਸਥਾਵਾਂ ਨੂੰ ਬਹੁਤ ਸੰਸਥਾਵਾਂ ਨੇ ਧਾਰਮਿਕ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਨੇ ਸਰਕਾਰਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਤੁਹਾਡੀ ਇਸ ਤਰ੍ਹਾਂ ਸਹੀ ਕਹਿਣਾ ਚਾਹੁੰਦੇ ਆ ਸੀ ਸਾਡੇ ਮਾਪੇ ਨੇ ਹੈਗੇ ਵੀ ਕੀ ਕਹਿੰਦੇ ਸਾਡੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਕਿਉਂਕਿ ਸਾਡਾ ਕੋਈ ਹੈ ਨਹੀਂ ਕਰਨ ਵਾਲਾ ਨਾਲ ਸਾਡਾ ਕੋਈ ਰਿਸ਼ਤੇਦਾਰ ਹੈਗਾ ਮਿੱਜੋੜਾ ਸਾਡੀ ਮਦਦ ਕਰ ਸਕਿਆ ਐਨਾ ਲੋਨ ਨਹੀਂ ਕੋਈ ਨਹੀਂ ਪਰਦਾਜ ਦੇ ਟਾਈਮ 'ਚ ਕੋਣ ਕਿਸੇ ਨੂੰ ਪੁੱਛਦਾ ਇਸ ਕਰਕੇ ਅਸੀਂ ਅਪੀਲ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਬਸ ਮੇਰਾ ਪਾਈਕ ਦੋ ਕਿਵੇਂ ਕਈ ਵਾਰ ਇਹਨਾਂ ਦਿਹਾੜੀ ਲਾ ਲੈਂਦਾ ਉਸ ਤੋਂ ਘਰ ਚੱਲਦਾ ਵਾ ਬੜਾ ਬੜਾ ਔਖਾ ਚੱਲਦਾ ਸਾਡਾ ਘਰ ਤੇ ਮੇਰੇ ਡੈਡੀ ਨੇ ਬੈਂਕ ਵਾਲਾਂ ਤੋਂ 2019 ਦੇ ਵਿੱਚ ਲੋਨ ਲਿੱਤਾ ਸੀ ਜਿਹੜਾ 16 ਲੱਖ ਰੁਪਏ ਦਾ ਸੀਗਾ ਤੇ ਬੈਂਕ ਵਾਲਾਂ ਤੋਂ ਸਾਨੇ ਲੋਨ ਕਰਾਇਆ ਸੀ ਤੇ 2021 ਦੇ ਵਿੱਚ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਬੈਂਕ ਵਾਲੇ ਸਾਨੂੰ ਪਰੇਸ਼ਾਨ ਕਰਦੇ ਆ ਆ ਕੇ ਕਰੇ ਕਿ ਤੁਹਾਡੇ ਡੈਡੀ ਨੇ ਜਿਹੜਾ ਲੋਨ ਨਹੀਂ ਭਰਿਆ ਸਾਨੂੰ ਕਿਸ਼ਤਾਂ ਦੇਣ ਤੇ ਹੋਰ ਸਾਨੂੰ ਨੋਟਿਸ ਵੀ ਲੰਨ ਦੇ ਕੇ ਸਾਨੂੰ ਬਾਰ ਕੱਢ ਦੇਣਗੇ ਸੀਲ ਕਰ ਦੇਣਗੇ ਘਰੇ ਆ ਕੇ ਬਸ ਸਾਨੂੰ ਤੰਗ ਕਰਦੇ ਰੋਜ਼ ਆ ਕੇ ਕਰੇ ਜਦੋਂ ਤੁਸੀਂ ਛੋਟੇ ਸੀ ਤੁਹਾਡੇ ਫਾਦਰ ਸਾਹਿਬ ਨੂੰ ਬਿਮਾਰੀ ਹੋ ਗਈ ਸੀ ਤੁਹਾਨੂੰ ਦੱਸਿਆ ਸੀ ਫਾਦਰ ਸਾਹਿਬ ਨੇ ਮੈਂ ਲੋਨ ਲੈ ਰਿਹਾ ਕਿੰਨੇ ਦਾ ਲੋਨ ਲਿੱਤਾ ਵੀ ਬੇਟਾ ਵੀ ਮੈਂ ਬਿਮਾਰ ਹਾਂ ਤੁਸੀਂ ਤਾਰ ਦੇਣਾ ਇਸ ਗੱਲਬਾਤ ਹੋਈ ਸੀ ਤੁਹਾਡੇ ਪਾਪਾ ਦੇ ਨਾਲ ਨਹੀਂ ਜੀ ਮੈਂ ਤਾਂ ਉਸ ਟਾਈਮ ਛੋਟਾ ਸੀਗਾ ਮੇਰੇ ਡੈਡੀ ਨੇ ਮੈਨੂੰ ਕੁਝ ਨਹੀਂ ਦੱਸਿਆ ਪਰ ਇਹ ਜੋ ਡੈਡੀ ਨੇ ਬੈਂਕਾਂ ਨਾਲ ਨੂੰ ਲੋਨ-ਲਾਨ ਕਰਾਇਆ ਸੀ ਉਹਨਾਂ ਨੂੰ ਸਭ ਕੁਝ ਪਤਾ ਸੀ ਤੇ ਉਹਨਾਂ ਨੇ ਲੋਨ ਕਰਤਾ ਉਹਨਾਂ ਨੂੰ ਮੈਨੂੰ ਤਾਂ ਸਟੱਮ ਕੋਈ ਸਮਝ ਨਹੀਂ ਸੀ ਕਿ ਮੈਂ ਸਮਝ ਸਕਾਂ ਲੋਨ ਬਾਰੇ ਕੁਝ ਕਿੰਨੇ ਕਿੰਨਾ ਕੁ ਲੋਨ ਸੀ ਬੈਂਕ ਦਾ ਜਿਹੜਾ ਹੁਣ ਬਕਾਇਆ ਪਿਆ ਹੁਣ ਲੋਨ 12-13 ਲੱਖ ਪਿਆ ਸੀ ਜਿਹੜਾ ਉਹਨਾਂ ਨੇ ਜਿਹੜੀ ਸਾਡੀ ਕਿਸ਼ਤਾਂ ਨਹੀਂ ਭਰੀ 2 ਸਾਲ ਤੋਂ ਰੁਟੀਆਂ ਵੀ ਨਹੀਂ ਉਹਨਾਂ ਨੇ ਵਿਆਹ ਬੂ ਲਾ ਕੇ 16-17 ਲੱਖ ਬਣਾਤਾ ਹੂੰ ਤੱਲਾ 14.5 ਲੱਖ ਦਾ ਲੋਨ ਹੀ ਲਿੱਤਾ ਸੀਗਾ ਤੇ 2 ਸਾਲ ਤੋਂ ਨੇ ਪਹਿਲਾਂ ਪਰਿਆ ਵੀ ਸੀ ਬੱਚੇ ਬਹੁਤ ਛੋਟੇ ਨੇ ਤੇ ਸਮਾਜਿਕ ਜਥੇਬੰਦੀਆਂ ਉਬਰਾਏ ਸਾਹਿਬ ਹੋ ਗਏ ਆਪਣਾ ਐਸਪੀ ਉਬਰਾਏ ਸਾਹਿਬ ਮਹਾਰਾਣੀ ਪਨੀਤ ਕੋਰ ਹੋ ਗਿਆ ਜੀਤਪਾਲ ਕੋਲੀ ਸਾਹਿਬ ਹੋ ਗਏ ਡਾਕਟਰ ਬਲਵੀਰ ਐਮ ਐਲ ਏ ਅੱਛਾ ਜੀਤਪਾਲ ਕੋਲੀ ਸਾਹਿਬ ਡਾਕਟਰ ਬਲਵੀਰ ਐਮ ਐਲ ਏ ਸਭ ਨੂੰ ਗੁਜਾਰਿਸ਼ ਹੈ ਵੀ ਇਹ ਬੱਚਿਆਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਘਰ ਆ ਤੁਸੀਂ ਦੇਖ ਪਾ ਰਹੇ ਹੋ ਇਹ ਸੀਜ ਹੋਣ ਤੋਂ ਬਚਾਇਆ ਜਾਵੇ ਅਸੀਂ 26 ਤਰੀਕ ਤੱਕ ਦਾ ਟਾਈਮ ਸੀਗਾ ਅਸੀਂ 15 ਦਿਨ ਦੀ ਹੋਰ ਮਹੌਲਤ ਲੈ ਲਈ ਉਹਨਾਂ ਤੋਂ ਵੀ ਹੁਣ ਅਸੀਂ ਇਹ ਚਾਹੁੰਦੇ ਆ ਤੁੱਤ ਪਾਸੇ ਬਕੋਵੀ ਰਸਣ ਪਾਣੀ ਪੱਖੋ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਰੋਟੀ ਦੇ ਜਾਂਦਾ ਕੋਈ ਦੇਖੇ ਨਹੀਂ ਜਾਂਦਾ ਕਈ ਵਾਰੀ ਕਈ ਵਾਰੀ ਬੱਚੇ ਵਿਚਾਰੇ ਭੁੱਖੇ ਸੋ ਜਾਂਦੇ ਨੇ ਫਿਰ ਚਲੋ ਹਰੇਕ ਦਾ ਪੰਜੇ ਗੋਲੇ ਕੋ ਬਰਾਬਰ ਤਾਂ ਹੁੰਦੀਆਂ ਨਹੀਂ ਕਈ ਵਾਰੀ ਅਸੀਂ ਬੱਚੇ ਸਾਡੇ ਘਰੇ ਰੋਟੀ ਰੋਟੀ ਖਾਣ ਆ ਜਾਂਦੇ ਨੇ ਦੱਸ ਇਹੇ ਚਾਹੁੰਦੇ ਆ ਵੀ ਹਰੇਕ ਬੰਦਾ ਅੱਜ ਕੱਲ ਪੂਰਾ ਕਸੂਰ ਹੁਣ ਜਿੱਥੇ ਤੱਕ ਲੋਕਾਂ ਦੀ ਬਾਹ ਚੱਲੇ ਉਹਨਾਂ ਚਿਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਅਸੀਂ ਇਹੇ ਚਾਹਾਂਗੇ ਅਦਰ ਦੀ ਗੱਲ ਜਿਹੜੀ ਆ ਗੁਹਾਰ ਲਗਾਈ ਜਾ ਰਹੀ ਹੈ ਸੋ ਮੁਹੱਲਾ ਵਾਸਨ ਦੀ ਗੱਲ ਕੀਤੀ ਹੈ ਬਤਾ ਇਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦਾ ਮਕਾਨ ਬਚਾਉਣ ਦੇ ਵਿੱਚ ਜਿਹੜੀ ਆ ਮਦਦ ਕੀਤੀ ਜਾਵੇ ਤੁਹਾਨੂੰ ਤਸਵੀਰ ਇੱਕ ਵਾਰੀ ਫੇਰ ਦਿਖਾ ਦਈਏ ਉਹੀ ਘਰ ਆ ਜਿਹਦੇ ਘਰ ਦੇ ਬਾਹਰ ਜਿਹੜਾ ਬੈਂਕ ਵੱਲੋਂ ਜਿਹੜਾ ਨੋਟਿਸ ਲਗਾਇਆ ਗਿਆ ਪਰ ਜਿਹੜੇ ਬੱਚੇ ਨੇ ਛੋਟੇ-ਛੋਟੇ ਉਹ ਕਰਦੇ ਬਾਅਦ ਫੋਟੋ ਜਾ ਕੇ ਜਨਗੀ ਆਪਣੇ ਮਾਤਾ ਪਿਤਾ ਦੀ ਤਸਵੀਰ ਲੈ ਕੇ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਸਾਡਾ ਮਕਾਨ ਬਚਾਇਆ ਜਾਵੇ ਕਿਉਂਕਿ ਅਸੀਂ ਆਪਣੇ ਹੱਥੋਂ ਆਪਣੇ ਮਾਪਿਆਂ ਤੱਕ ਵਾਲੇ ਪਰ ਅਸੀਂ ਆਪਣਾ ਜਿਹੜਾ ਮਕਾਨ ਆ ਉਹ ਨਹੀਂ ਗਵਾਣਾ ਸੋ ਤਸਵੀਰ ਤੁਸੀਂ ਲਗਾਤਾਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮੇ ਦਰਾਂ ਹੀ ਦੇਖ ਰਹੇ ਹੋ ਸੋ ਅਸੀਂ ਵੀ ਆਪਣੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮੇ ਦਰਾਂ ਹੀ ਸੰਸਥਾਵਾਂ ਨੂੰ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਤਾਂ ਜੋ ਇਹ ਬੱਚੇ ਨੇ ਆਪਣੀ ਮਕਾਨ ਦੀ ਛੱਤ 'ਤੇ ਰਹਿ ਸਕਣ ਤੇ ਆਪਣਾ ਜਿਹੜਾ ਗੁਜ਼ਾਰਾ ਹੋ ਕਰ ਸਕਣ ਪਟਿਆਲਾ ਤੋਂ ਕੈਮਰਾਮੈਨ ਕ੍ਰਿਸ਼ਨ ਦੇ ਨਾਲ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ